मोहना के करीब गांव कलाल मांझरा और दाऊदपुर में देर रात जीप में आए चोरों ने बड़ी चोरी की वारदात को अंजाम दिया है। चोर दोनों गांव के किसानों के खेतों में लगे 63 केवी के 5 ट्रांसफार्मर चोरी कर जीप में भरकर ले गए। वारदात सीसीटीवी कैमरे में कैद हो गई है। पहले से ही बारिश की मार से सताए किसानों को अब बिजली की मार पड़ी है। चोरी की वारदात से दोनों गांव के किसानों की करीब 40 मोटरों की बिजली सप्लाई ठप हो गई है, जिससे कई किसानों की सैकड़ों एकड़ फसल प्रभावित होकर रह गई है। किसानों ने चोरी की वारदात की सूचना पुलिस और बिजली विभाग को दी है। बिजली बोर्ड की शिकायत पर पुलिस ने सीसीटीवी कैमरों को कब्जे में लेकर जांच शुरू कर दी है। वारदात के चलते करीब 5 दिन में से 1 हफ्ते तक बिजली सप्लाई प्रभावित रहने की आशंका जताई जा रही है। किसान जगपाल सिंह, अमरजीत सिंह और इंद्रजीत सिंह ने बताया कि वह सुबह खेतों में फसल को पानी लगाने के लिए मोटर चलाने गए थे। जब खेतों में पहुंचे तो देखकर हैरान रह गए। उनकी मोटरों को जिन ट्रांसफार्मरों से बिजली सप्लाई आती थी वह चोरी हो चुके थे। आसपास पता करने पर पता चला कि चोरों ने देर रात चोरी की वारदात को अंजाम दिया है। सीसीटीवी कैमरे खंगालने पर सामने आया कि जीप में आए चोर ट्रांसफार्मर चोरी कर जीप में भरकर ले गए हैं। किसानों ने चोरी की वारदात की सूचना पुलिस थाने में दी, जहां उनको बिजली विभाग को सूचना देने के लिए कहा गया। बिजली विभाग को सूचित करने पर इसकी शिकायत पुलिस को दी गई है। किसानों ने भरे मन से कहा कि पहले ही बारिश ने उनका बहुत नुकसान कर दिया है और ट्रांसफार्मर चोरी होने के चलते बिजली सप्लाई ठप हो गई है। फसल को पानी लगाने की जरूरत है, अगर बिजली सप्लाई जल्द दुरुस्त ना की गई तो बड़ा नुकसान हो जाएगा। उन्होंने विभाग से अपील की कि जल्द से जल्द बिजली सप्लाई ठीक करने के प्रबंध किए जाने चाहिए। उधर PSPCL के XEN गुरमनप्रीत सिंह सोमल ने बताया कि बीजा के SGO ने पुलिस को शिकायत दी है। जल्द से जल्द गांव में बिजली सप्लाई सुचारू करने के लिए प्रबंध किए जा रहे हैं। चोरी की वारदात के चलते लाखों का नुकसान हुआ है। पुलिस के अनुसार जांच की जा रही है, जल्द ही चोरों को पकड़ा जाएगा। ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ। ਇੰਦਰਜੀਤ ਕੀ ਘਟਨਾ ਹੋਈ ਹੈ ਤੁਹਾਡੇ ਇੱਥੇ ਮੋਟਰ ਤੇ ਜੀ? ਇਹ ਸਰ ਕੱਲ ਰਾਤੀ ਗੱਲ ਹੈ ਜੀ, ਤਕਰੀਬਨ 10 to 11 ਦੇ ਵਿੱਚ ਇੱਥੋਂ ਸਾਡਾ ਟ੍ਰਾਂਸਫਾਰਮ ਚੋਰੀ ਹੋਇਆ ਗਿਆ ਜੀ। ਅੱਛਾ, ਹਾਂਜੀ। ਕਿੰਨੇ ਕਿਲੋ ਵਾਟ ਦਾ ਟ੍ਰਾਂਸਫਾਰਮ ਸੀਗਾ ਉਹ? 63 KV ਜੀ। ਤੇ ਕਿੰਨੀਆਂ ਮੋਟਰਾਂ ਦੇ ਉੱਤੇ ਕੰਮ ਕਰ ਰਹੇ ਹੋ? ਇਹ 4 ਮੋਟਰਾਂ ਤੇ ਜੀ। ਤੇ ਤੁਹਾਨੂੰ ਕਿੰਨੇ ਵਜੇ ਪਤਾ ਚੱਲਿਆ ਹੈਗਾ? ਸਾਨੂੰ ਸਵੇਰੇ 4:30-5 ਵਜੇ ਜੀ, ਜੇ ਅਸੀਂ ਮੋਟਰਾਂ ਚਲਾਉਣਾ ਹੈ ਜੀ ਇੱਥੇ। ਕੁਝ ਸਾਹਮਣੇ ਆਇਆ ਵੀ ਪਤਾ ਲੱਗੇ, ਕੁਛ ਆਲੇ ਦੁਆਲੇ ਕੁਛ ਪਤਾ ਲੱਗਿਆ ਹੋਵੇ ਕਿਸੇ ਤਰ੍ਹਾਂ ਦੀ? ਸੀਸੀਟੀਵੀ ਕੈਮਰੇ 'ਚ ਫੁਟੇਜ ਆਈ ਹੈ ਜੀ, ਪਰ ਸ਼ੋਅ ਨਹੀਂ ਹੋ ਰਹੀ ਕਿ ਟਰੱਕ ਨੰਬਰ ਕੀ ਹੈ ਜਾਂ ਗੱਡੀ ਨੰਬਰ ਕੀ ਹੈ ਜੀ। ਸ਼ੋਅਰ ਹੈ ਕਿ ਵੀ ਉਹੀ ਨੇ? ਸ਼ੋਅਰ ਹੈ ਜੀ, ਬਲੈਰੋ ਗੱਡੀ ਹੈ, ਬਲੈਰੋ ਗੱਡੀ ਹੈ ਜੀ। ਤੇ ਤੁਸੀਂ ਇਸ ਸੰਬੰਧੀ ਕੋਈ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਜਾਂ ਸੰਬੰਧਿਤ ਮਹਿਕਮੇ ਨੂੰ? ਬਿਜਲੀ ਬੋਰਡ ਦਫ਼ਤਰ 'ਚ ਅਸੀਂ ਐਪਲੀਕੇਸ਼ਨ ਦੇ ਕੇ ਆਏ ਜੀ। ਹਲੇ ਸੁਣਵਾਈ ਥਾਣੇ ਤੱਕ ਨਹੀਂ ਹੋਈ, ਉਹ ਐਪਲੀਕੇਸ਼ਨ ਜੇਈ ਸਾਹਿਬ ਦੇ ਕੇ ਆਣਗੇ ਜੀ ਉੱਪਰ। ਪਹਿਲਾਂ ਕਦੇ ਹੋਇਆ ਇੱਦਾਂ? ਕਿੰਨੇ ਟਾਈਮ ਤੋਂ ਹੋਇਆ ਕਿ ਪਹਿਲੀ ਵਾਰ ਹੋਇਆ ਟ੍ਰਾਂਸਫਰ? ਇਹ ਦੂਸਰੀ ਵਾਰ ਹੋਇਆ ਜੀ। ਇਹ ਦੂਸਰੀ ਵਾਰ ਹੋਇਆ? ਹਾਂਜੀ। ਕਿੰਨੇ ਕ ਚੋਰੀ ਹੋਏ ਨੇ ਇਸ ਏਰੀਏ 'ਚ ਟ੍ਰਾਂਸਫਾਰਮ? 5 ਟ੍ਰਾਂਸਫਾਰਮ ਜੀ, ਇੱਕ ਰਾਤ ਦੇ ਵਿੱਚ। ਅੱਛਾ, ਹਾਂਜੀ। ਤੁਸੀਂ ਕੰਪਲੇਂਟ ਜਿਹੜੀ ਕੀਤੀ, ਕੁਛ ਕਿਹਾ ਉਹਨਾਂ ਨੇ ਹੁਣ ਇਸ ਸੰਬੰਧੀ? ਦੇਖੋ, ਹਾਲ ਫਿਲਹਾਲ ਤਾਂ ਕੋਈ ਕਾਰਵਾਈ ਨਹੀਂ ਹੋਈ, ਪਰ ਭਰੋਸਾ ਦੇ ਰਹੇ ਕਿ ਤੁਹਾਡਾ 1 ਜਾਂ 2 ਦਿਨ ਬਾਅਦ ਟ੍ਰਾਂਸਫਾਰਮ ਨਵਾਂ ਰੱਖਿਆ ਜਾਏਗਾ ਜੀ। ਬਾਕੀ ਹੁਣ ਮੌਕੇ 'ਤੇ ਜੇਈ ਸਾਹਿਬ ਆਣਗੇ, ਦੱਸਣਗੇ ਜੀ। ਕਿਹੜਾ ਏਰੀਆ ਕਿਹੜਾ ਪੈਂਦਾ ਇਹ? ਏਰੀਆ ਖੰਨਾ ਪੈ ਜਾਂਦਾ ਜੀ। ਅੱਛਾ, ਕਿਹੜਾ ਪਿੰਡ ਕਿਹੜਾ ਲੱਗਦਾ ਜੀ? ਪਿੰਡ ਕਲਾਲ ਮਾਜਰਾ ਜੀ। ਕਲਾਲ ਮਾਜਰਾ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਗਪਾਲ ਸਿੰਘ ਆ, ਰਿਟਾਇਰਡ ਆਰ ਏ ਬਿਜਲੀ ਬੋਰਡ ਦਾ। ਕੀ ਖਬਰ ਤੁਹਾਨੂੰ ਕਦੋਂ ਪਤਾ ਚੱਲੀ? ਇਹ ਸਵੇਰੇ ਜਦ ਅਸੀਂ ਖੂਹਾਂ 'ਤੇ ਆਏ ਹਾਂ, ਜਦ ਪਤਾ ਲੱਗਿਆ ਵੀ ਸਾਡੇ 4-5 ਟ੍ਰਾਂਸਫਾਰਮਰ ਨਾਲ ਜਿਹੜੇ ਆ ਇਲਾਕੇ 'ਚੋਂ ਲੈ ਗਏ ਕਲਾਲ ਮਾਜਰੇ ਅਤੇ ਆਹ ਦੌਦਪੁਰ ਤੋਂ। ਕਿੰਨੇ ਕਿਲੋ ਵਾਟ ਦਾ ਟ੍ਰਾਂਸਫਾਰਮ ਸੀ ਇਹ? 63 ਦੇ 2 ਟ੍ਰਾਂਸਫਾਰਮ ਨੇ। ਅਤੇ ਹੁਣ ਜਿਵੇਂ ਟ੍ਰਾਂਸਫਾਰਮ ਹੈ ਨਹੀਂ, ਤਾਂ ਕਿੰਨੀਆਂ ਕੀ ਦਿੱਕਤਾਂ ਆ ਰਹੀਆਂ? ਦਿੱਕਤਾਂ, ਅਸੀਂ ਪਾਣੀ ਲਾਉਣਾ ਜੀਰੀਆਂ ਨੂੰ,
ਮੀਂਹ ਤਾਂ ਅੱਜ ਪੈ ਰਿਹਾ, ਕੱਲ੍ਹ ਨੂੰ ਖਬਰਾਂ ਧੁੱਪ ਚੜਿਆ ਵੀ, ਅਸੀਂ ਪਾਣੀ ਕਿੱਥੋਂ ਲਾਵਾਂਗੇ? 4000 ਦਾ ਖਰਚਾ ਇੱਕ ਦਿਨ ਦਾ ਟਰੈਕਟਰ ਦਾ। ਮਹਿਕਮੇ ਵਾਲੇ ਨਾਲ ਗੱਲ ਹੋਈ? ਹੁਣ ਜਾ ਕੇ ਆਇਆ ਮੈਂ, ਹਾਲੇ ਹੁਣੇ ਲਿਖ ਕੇ ਦੇ ਕੇ ਆਇਆ ਉੱਥੇ। ਕੀ ਕਹਿੰਦੇ ਨੇ ਉਹਨਾਂ? ਉਹ ਕਹਿੰਦੇ ਨੇ ਵੀ ਦੇਖਾਂਗੇ ਅਸੀਂ, ਹਾਲੇ ਵੀ ਦੇਖਣ ਨੂੰ। ਹਾਂ ਹਾਂ, ਤੇ ਪਹਿਲਾਂ ਕਦੇ ਹੋਇਆ? ਨਹੀਂ ਜੀ, ਸਾਡੇ ਏਰੀਏ 'ਚ ਕੁਛ ਨਹੀਂ ਹੋਇਆ ਜੀ। ਹੁਣ ਇਹਦੇ ਨਾਲ ਕਿੰਨੀਆਂ ਮੋਟਰਾਂ ਪ੍ਰਭਾਵਿਤ? ਇਹਦੇ ਨਾਲ ਘੱਟੋ ਘੱਟ 30-40 ਮੋਟਰਾਂ ਪ੍ਰਭਾਵ ਹੋਣਗੀਆਂ, 5 ਟਰਾਂਸਫਾਰਮਰ ਨੂੰ। ਇਹ ਦੌਲਪੁਰ ਦੇ ਏਰੀਏ 'ਚ ਖੜ੍ਹੇ ਹਾਂ ਆਪਾਂ। ਇਹ ਖੂਹ ਹੈਗਾ ਅਜੀਤ ਸਿੰਘ ਦਾ। ਤੇ ਕਿਹੜਾ ਪਿੰਡ ਹੈ ਇਹ? ਦੌਲਪੁਰ। ਦੌਲਪੁਰ, ਹਾਂ। ਕਿੰਨਾ ਕੁ ਨੁਕਸਾਨ ਦਾ ਅੰਦਾਜ਼ਾ ਹੈ ਕਿ ਕਿੰਨਾ? ਇਹ ਘੱਟੋ ਘੱਟ 1,00,000 ਰੁਪਏ ਦਾ ਇੱਕ ਟਰਾਂਸਫਾਰਮਰ ਆ ਇਹ। ਤੇ ਕਿੰਨੇ ਟਰਾਂਸਫਾਰਮ ਹੋਏ? ਇਹ 5,00,000 ਦਾ ਨੁਕਸਾਨ ਆ ਬਿਜਲੀ ਬੋਰਡ ਦਾ। ਪਹਿਲਾਂ ਤਾਂ ਸਾਡਾ ਮੀਹਾਂ ਕਰਕੇ ਬਹੁਤ ਨੁਕਸਾਨ ਹੋਇਆ, ਪਾਣੀ ਬਹੁਤ ਜ਼ਿਆਦਾ ਫਸਲਾਂ 'ਚ ਫਿਰਦਾ ਸੀਗਾ। ਹੁਣ ਸਾਡੇ ਆਹ ਉਲਟੀ ਮਾਰ, ਸਾਨੂੰ ਆਹ ਪੈ ਗਈ ਵੀ ਸਾਡੇ ਟਰਾਂਸਫਾਰਮਰ ਚੋਰੀ ਹੋ ਗਏ। ਹੁਣ ਅਸੀਂ ਜੀਰੀ ਤੋਂ ਪਾਣੀ ਕਿੱਥੋਂ ਲਾਵਾਂਗੇ ਜੇ ਕੱਲ੍ਹ ਧੁੱਪ ਨਿਕਲਿਆ ਜੀ? ਹੈਂ, ਅਸੀਂ ਕਿੱਥੋਂ 3,000 ਰੁਪਏ ਦਿਹਾੜੀ ਦਾ, 4,000 ਦਾ ਤੇਲ ਫੂਕਾਂਗੇ ਅਸੀਂ? ਸਰ, ਇੱਕ ਲਾਲ ਮਾਜਰੇ 'ਚ ਕੁਝ ਟਰਾਂਸਫਾਰਮਰ ਚੋਰੀ ਹੋਏ ਨੇ, ਕੀ ਪੂਰਾ ਮਾਮਲਾ ਹੈ ਸਰ? ਐਕਚੁਲੀ ਪਿੰਡ ਦੇ ਵਿੱਚ ਜਿਹੜੇ ਕੋਈ ਸਾਡੇ ਮੋਟਰਾਂ ਵਾਲੇ ਟਰਾਂਸਫਾਰਮਰ ਨੇ, ਉਹਨਾਂ ਦੀ ਕੋਈ ਚੋਰੀ ਹੋਈ ਹੈ। ਜਿਸ ਤਰ੍ਹਾਂ 4-5 ਟਰਾਂਸਫਾਰਮਰ ਦੀ ਖਬਰ ਆ ਰਹੀ ਹੈ ਕਿ ਚੋਰੀ ਹੋਏ ਨੇ ਉੱਥੋਂ, ਬਾਕੀ ਡਿਟੇਲ ਸਾਰੀ ਆਪਣੇ ਐਸਟੀਓ ਚਾਵਾ ਨੇ ਉਹਨਾਂ ਦੇ ਕੋਲ ਹੈਗੀ ਹੈ। ਅਤੇ ਉਹ ਕੋਈ ਰਾਤ ਦੇ ਸਮੇਂ ਜਿਹੜੇ ਜਿਸ ਤਰ੍ਹਾਂ ਕੋਈ ਉਜਾੜ ਇਲਾਕੇ ਦੇ ਵਿੱਚ ਜਿੱਥੇ ਹੁਣ ਕਿਉਂਕਿ ਮੋਟਰਾਂ ਦੀ ਸਪਲਾਈ ਵੀ ਜ਼ਿਆਦਾ ਆ ਰਹੀ ਹੈ ਅਤੇ ਕੋਈ ਖਪਤਕਾਰ ਨਹੀਂ ਜਾਂਦੇ, ਤਾਂ ਉਸ ਜਗ੍ਹਾ ਤੋਂ ਕਈ ਵਾਰੀ ਟਰਾਂਸਫਾਰਮਰ ਜਿਹੜੇ ਕੋਈ ਉਹਦੇ ਵਿੱਚੋਂ ਐਲਮੀਨੀਅਮ ਚੋਰੀ ਜਾਂ ਕਰਨ ਵਾਲੇ ਉਹ ਉਤਾਰ ਕੇ ਲੈ ਜਾਂਦੇ ਨੇ, ਅਤੇ ਉਹਨਾਂ ਦੀ ਖਬਰ ਆ ਰਹੀ ਹੈ ਕਿ 4-5 ਟਰਾਂਸਫਾਰਮਰ ਚੋਰੀ ਹੋਏ ਨੇ ਜੀ। ਹਾਂਜੀ, ਇਹਦੀ ਜੋ ਸ਼ਿਕਾਇਤ ਹੈ ਉਹ ਫੋਰਮਲ ਤਰੀਕੇ ਨਾਲ ਐਸ ਟੀ ਓ ਸਾਹਿਬ ਨੇ ਅੱਗੇ ਉਹ ਉਹਨਾਂ ਨੂੰ ਪੁਲਿਸ ਜੋ ਥਾਣੇ ਨੂੰ ਉਹਨਾਂ ਨੂੰ ਦੇ ਦਿੰਦੇ ਹਨ, ਅਤੇ ਉਸ ਤੋਂ ਬਾਅਦ ਉਹਨਾਂ ਦੀ ਐੱਫ ਆਈ ਆਰ ਜਾਂ ਡੀ ਡੀ ਆਰ ਦਰਜ ਕਰ ਲੈਣਗੇ, ਅਤੇ ਉਹ ਇਨਕੁਆਇਰੀ ਹੈ ਜਿਹੜੀ ਉਹ ਸਾਰੀ ਪੁਲਿਸ ਨੇ ਕਰਨੀ ਇਹਨਾਂ ਦੀ ਅੱਗੇ। ਇਹ ਡਿਪੈਂਡ ਕਪੈਸਿਟੀ 'ਤੇ, ਟਰਾਂਸਫਾਰਮ ਦੀ ਕਪੈਸਿਟੀ ਦੇ ਉੱਪਰ ਡਿਪੈਂਡ ਹੈ, ਪਰ ਫਿਰ ਵੀ ਇਹ ਤਕਰੀਬਨ ਜੇ 5 ਟਰਾਂਸਫਾਰਮਰ ਜੇ ਐਵਰੇਜ ਕੋਸਟ ਜੇ ਲਗਾਈਏ ਤਾਂ 2-2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਬਿਜਲੀ ਕਦੋਂ ਤੱਕ ਸਪਲਾਈ? ਜਿਸ ਤਰ੍ਹਾਂ ਹੀ ਐੱਫ ਆਈ ਆਰ ਉਹਨਾਂ ਦੀ ਦਰਜ ਹੋ ਜਾਂਦੀ ਹੈ, ਉਸ ਉਪਰੰਤ ਅਸੀਂ ਟਰਾਂਸਫਾਰਮਰ ਕਢਵਾ ਕੇ ਉਹਨਾਂ ਦੀ ਜਲਦੀ ਤੋਂ ਜਲਦੀ ਸਪਲਾਈ ਅਸੀਂ ਚਾਲੂ ਕਰਵਾ ਦੇਵਾਂਗੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅਰਥ ਪ੍ਰਕਾਸ਼ ਟੀਵੀ ਔਰ ਬੈਲ ਆਈਕਨ।